देख रहे हो सांच टीवी न्यूज पोर्टल। नमस्कार, सांच टीवी देख रहे सारे दर्शकों का स्वागत है। मैं रूप लेके हाजिर हूं हुशियारपुर तो एक खास खबर। हुशियारपुर के पिंड तोलोवाल के एक कैनेडा तो डिपोर्ट हुए नौजवान वालों अपने बुजुर्ग मां बाप नाल कुटमार करने की वीडियो सोशल मीडिया से वायरल हुई है, जिस विच नौजवान अपने छोटे भरा अते मां बाप नाल कुटमार कर रहा है। सोशल मीडिया से एक वीडियो बहुत वायरल हो रही है, जिस विच एक नौजवान नशे की हालत विच अपने परिवार नाल कुटमार कर रहा है। यह वीडियो हुशियारपुर के पिंड तोलोवाल की है, जिस विच कैनेडा तो डिपोर्ट हो गए आए नौजवान पाला द्वारा अपने छोटे भरा अते मां बाप के नाल कुटमार की जा रही है। ਇਹ ਵੀਡੀਓ ਕਿਸੇ ਵਿਅਕਤੀ ਦੁਆਰਾ ਬਣਾਈ ਗਈ ਸੀ, ਜਿਸ ਨੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਪਾ ਦਿੱਤਾ। ਜਦੋਂ ਮੀਡੀਆ ਦੁਆਰਾ ਪੀੜਤ ਅਜੀਤ ਸਿੰਘ ਅਤੇ ਭਜਨ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਦੇ ਬੇਟੇ ਨੇ ਨਸ਼ੇ ਦੀ ਹਾਲਤ ਵਿੱਚ ਉਹਨਾਂ ਨਾਲ ਕੁੱਟਮਾਰ ਕੀਤੀ ਸੀ, ਜਿਸ ਦੀ ਸ਼ਿਕਾਇਤ ਪੁਲਿਸ ਨੂੰ ਵੀ ਕੀਤੀ ਗਈ ਸੀ, ਪਰ ਪੁਲਿਸ ਨੇ ਕੋਈ ਕਾਰਵਾਈ ਨਾ ਕੀਤੀ। ਤੁਹਾਡੀ ਜਿਹੜੀ ਮਾਰਕਟਾਈ ਕਰ ਰਹੇ ਹੈ, ਸ਼ਰਾਬੀ ਕਰ ਰਹੇ ਹੈ? ਹਾਂਜੀ। ਇਹਦੀਆਂ ਸੱਟਾਂ ਲੱਗੀਆਂ ਤੁਹਾਡੇ? ਨਹੀਂ, ਮੇਰੇ ਤਾਂ ਸੱਟਾਂ ਘੱਟ ਹੀ ਆ। ਕੋਈ ਨਹੀਂ ਆਇਆ। ਮੈਂ ਸੌ ਗਿਆ, ਮੈਂ ਛੁਡਾਉਣ ਚ ਫਸ ਗਿਆ। ਕਿੰਨਾ ਟਾਈਮ ਹੋ ਗਿਆ ਇਹਨੂੰ ਹੋ ਗਿਆ ਚੌਦਾਂ ਸਾਲ ਹੋਇਆ ਤੇ ਬੱਚੇ ਉੱਧਰ ਕੀ ਕਰਤਾ ਕੀ ਹੁਣ ਇੱਥੇ ਇਹ ਮਾੜਾ ਮੋਟਾ ਹੱਥ ਪਾ ਲੈਂਦਾ ਖੇਤੀ ਖੁਤੀ ਨੂੰ ਟਰੈਕਟਰ ਚਲਾਉਂਦਾ ਕਣਕ ਬੀਜੀ ਇਸ ਸੰਬੰਧ ਵਿੱਚ ਨਾ ਜਿਹੜੀ ਵੀਡੀਓ ਵਾਇਰਲ ਹੋਈ ਸੀ ਅੱਜ ਸਾਨੂੰ ਪਤਾ ਲੱਗਾ ਉਹਦੇ ਸੰਬੰਧ ਵਿੱਚ ਉਹਦੇ ਸੰਬੰਧ ਵਿੱਚ ਇੱਕ MLR ਮਸੂਰ ਹ
ਰਾਊਟ ਪਾਈ ਉਹਦੇ ਸੰਬੰਧ 'ਚ। ਉਹਦੇ ਬਿਆਨ ਹਾਸਲ ਕਰਕੇ ਜਿੱਦਾਂ ਦੀ ਵੀ ਕਾਰਵਾਈ ਹੋਈ ਸਖ਼ਤ ਤੋਂ ਸਖ਼ਤ ਕਾਰਵਾਈ ਅਮਲ ਲਿਆਂਦੀ ਜਾਊਗੀ। ਉਧਰ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਵੀ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ, ਜਿਸ ਕਾਰਨ ਪੀੜਤ ਪਤੀ ਪਤਨੀ ਬਹੁਤ ਦੁਖੀ ਹਨ। ਬਿਊਰੋ ਰਿਪੋਰਟ, ਸਾਂਝ ਟੀਵੀ। ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ। ਸਾਂਝ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ ਟੀਵੀ।